ਪਾਈ ਵੀਰ ਸਿੰਘ ਦਾ ਨੋਵਲ ਸਤਵੰਤ ਕੌਰ ਦਾ ਚੌਥਾ ਕਾਂਡ ਇਸ ਤੰਗ ਕੋਠੜੀ 'ਚ ਜਾਂ ਖਾਨ ਸਾਹਿਬ ਹਨ ਜਾਂ ਡੋਲਾ ਪਿਆ ਜਿਸ ਤੋਂ ਇੱਕ ਸੁੰਦਰ ਜਵਾਨ ਇਸਤਰੀ ਨਿਕਲੀ ਅਰ ਨਿਕਲਦੇ ਸਾਰ ਕਮਰੇ 'ਚ ਜਾ ਵੜੀ ਫਿਰ ਚਾਰ ਚੁਫੇਰੇ ਫੁਰਤੀ ਦੀ ਨਜ਼ਰ ਦੁੜਾ ਕੇ ਤੱਕ ਕੇ ਤਸੱਲੀ ਕਰਕੇ ਕਿ ਹੋਰ ਕੋਈ ਨਹੀਂ ਹੈ ਬੋਲੀ ਕਿ ਹੁਣ ਵਕਤ ਹੈ ਬੜਾ ਨਾਜ਼ੁਕ ਗੱਲ ਕਰਨ ਦਾ ਸਮਾਂ ਨਹੀਂ ਤੁਸੀਂ ਮਰਦਾਂਵੇਂ ਕੱਪੜੇ ਲਾ ਲਓ ਤੇ ਜਨਾਨੀ ਪਹਿਨ ਲਓ ਜੋ ਮੈਂ ਆਂਦੇ ਹਾਂ ਤੇ ਤੁਸੀਂ ਡੋਲੇ 'ਚ ਬੈਠ ਜਾਓ ਕਿਸੇ ਨੂੰ ਕੁਝ ਪਤਾ ਨਹੀਂ ਲੱਗਣਾ ਤੁਸੀਂ ਇੰਜ ਤ੍ਰੀਮਤ ਦੇ ਵੇਸਟ ਘਰ ਪਹੁੰਚ ਜਾਓਗੇ ਤਦ ਡੋਲਿਆਂ ਉਤਰਦੇ ਹੀ ਭੇਸ ਬਟਾਲੇ ਵਰ ਹਿੰਦੂਸਤਾਨੋਂ ਨਿਕਲ ਜਾਇਓ ਹੋਰ ਸਲਾਹ ਘਰ ਪਹੁੰਚ ਕੇ ਕਰ ਲੈਣਾ ਛੇਤੀ ਕਰੋ ਖਾਂ ਹੱਕਾ ਬੱਕਾ ਰਹਿ ਗਿਆ ਕਿ ਇਹ ਕੀ ਹੋਇਆ ਮੌਤ ਦੇ ਮੂੰਹੋਂ ਬਚਣ ਦਾ ਰਸਤਾ ਨਿਕਲ ਗਿਆ ਬਹੁਤ ਪ੍ਰਸ਼ਨ ਪੁੱਛਣੇ ਚਾਹੀਏ ਪਰ ਉਸ ਕੰਨਿਆ ਦੀ ਕਾਲੀ ਨੇ ਉਹਨੂੰ ਕੁਝ ਨਾ ਪੁੱਛਣ ਦਿੱਤਾ ਕ੍ਰੀਮਾ ਦਾ ਭੇਸ ਬਟਾ ਕੇ ਬੁਰਕਾ ਪਾ ਕੇ ਡੋਲੇ ਛੋ ਬੈਠਾ ਕੁਝ ਸਮੇਂ ਮਗਰੋਂ ਟੈਲੀਏ ਆਏ ਡੋਲਾ ਚੁੱਕ ਕੇ ਲੈ ਗਏ ਬੇਰਿਦਾਰਾਂ ਨੂੰ ਕੀ ਸੁਭਾ ਹੋ ਸਕਦਾ ਸੀ ਕਿ ਇਹਨੇ ਚਿਰਚ ਕੀ ਨਿਹਰ ਵਰਤ ਗਿਆ ਵੇਖ ਖਟ ਕੇ ਡੋਲਾ ਚ ਕੁਵਾ ਕੇ ਤੇ ਕੋਠੜੀ ਨੂੰ ਜੰਦਰਾ ਮਾਰ ਕੇ ਸੈਦ ਸੁਭਾ ਸਾਰੇ ਵਿਦਾ ਹੋ ਗਏ ਦੂਜੇ ਦਿਨ ਕਤਲ ਦਾ ਸਮਾਂ ਆ ਗਿਆ ਬਾਹਰਲੇ ਮੈਦਾਨ ਚ ਤਿਆਰੀ ਕੀਤੀ ਗਈ ਜੱਲਾ ਤਲਵਾਰ ਲੈ ਕੇ ਆ ਪਹੁੰਚਾ ਇਧਰ ਦੋ ਸਿਪਾਈ ਕੋਠੜੀ ਚ ਕੈਦੀ ਨੂੰ ਕੱਢਣ ਵਾਸਤੇ ਗਏ ਪਰ ਕੀ ਵੇਖਦੇ ਹਨ ਉੱਥੇ ਕੈਦੀ ਤਾਂ ਕੋਈ ਨਹੀਂ ਹੈ ਇੱਕ ਮੁਟਿਆਰ ਬੈਠੀ ਹੈ ਤੇ ਮਰਦਾਵੇਂ ਕਪੜੇ ਕੋਲ ਪਏ ਹਨ ਹੱਕੇ ਪੱਕੇ ਹੋਈ ਉਹਨਾਂ ਨੇ ਦਰੋਗੇ ਨੂੰ ਆਵਾਜ਼ ਦਿੱਤੀ ਉਹਨੇ ਵੀ ਹੈਰਾਨੀ ਨਾਲ ਸਰਜਿਕਾ ਉਤਕ ਦੇਖ ਕੇ ਆਪਣਾ ਬੁੱਲ ਟੁਕਿਆ ਅਰਖੀ ਚੀਚੀ ਵੱਟੀ ਪਰ ਨਿਰਭੈ ਇਸਤਰੀ ਡਰੀ ਨਹੀਂ ਗੰਭੀਰ ਬੈਠੀ ਉਹਨਾਂ ਦੇ ਚਿਹਰੇ ਵੱਲ ਤੱਕ ਰਹੀ ਹੈ ਦਰੋਗਾ ਕਹਿਣ ਲੱਗਾ हे ਤ੍ਰੇਮਤ ਤੂੰ ਕੌਣ ਹੈ ਅਰਖਾਨ ਸਾਹਿਬ ਕਿੱਥੇ ਹੈ ਮੈਂ ਉਹ ਆ ਜੋ ਕੱਲ ਡੋਲੇ ਚਾਈ ਸੀ ਅਰਖਾਨ ਸਾਹਿਬ ਡੋਲੇ 'ਚ ਬੈਠ ਕੇ ਚਲੇ ਗਏ ਤੁਸੀਂ ਉਹਨਾਂ ਦੀ ਥਾਂ ਮੈਨੂੰ ਕਤਲ ਕਰ ਦਿਓ ਗੱਜ ਕੈਰੀ ਲਾਹੀ ਐ ਔਰਤ ਉਨੇ ਮਾਰਿਆ ਮਰਦਾਂ ਦੇ ਕੰਨ ਕੁੱਤਰੇ ਸਾਰੀ ਅਕਲ ਮੇਟ ਦਿੱਤੀ ਤੇਰੀ ਸਜ਼ਾ ਇਹ ਚਾਹੀਦੀ ਹੈ ਕਿ ਤੈਨੂੰ ਇਸੇ ਵੇਲੇ ਡੱਕਰੇ ਡੱਕਰੇ ਕਰ ਦਿੱਤਾ ਜਾਵੇ ਠੀਕ ਹੈ ਮੈਂ ਤਾਂ ਆਪਣਾ ਨਮਕ ਹਲਾਲ ਕੀਤਾ ਇੱਕ ਜਾਨ ਬਚਾਈ ਹੈ ਤੁਸੀਂ ਜੋ ਸਜ਼ਾ ਦਿਓ ਮੇਰੇ ਲਈ ਸੁਖ ਹੈ ਚਲਾਓ ਤਲਵਾਰ ਤੇ ਮਾਰੋ ਇੱਕ ਤ੍ਰਿਮਤ ਨੂੰ ਦਰੋਗਾ ਕਹਿਣ ਲੱਗਾ ਠੀਕ ਅੱਛਾ ਹੈ ਕਿ ਮੈਂ ਤ੍ਰਿਮਤ ਦੇ ਲਹੂ ਨਾਲ ਹੱਥ ਰੰਗਾ ਨਾ ਨਾ ਕਦੇ ਨਹੀਂ ਮੈਂ ਆਪਣੇ ਹੱਥ ਤੀਵੀ ਦੇ ਲਹੂ ਨਾਲ ਕਦੇ ਨਹੀਂ ਰੰਗਾਂਗਾ ਪਰ ਮੈਂ ਮਾਲਕ ਨੂੰ ਕੀ ਮੂੰਹ ਦਿਖਾਵਾਂਗਾ ਕਿ ਐਡਾ ਪੁਰਾਣਾ ਆਦਮੀ ਤੀਵੀ ਦੇ ਹੱਥੋਂ ਛਲਿਆ ਗਿਆ ਤਰੀਮ ਤੇ ਜੇ ਤੈਨੂੰ ਮਾਰਾਂ ਤਦ ਕਾਇਰ ਜੇ ਛੱਡਾਂ ਨਮਕ ਹਰਾਮ ਤੇ ਜੇ ਮਾਲਕ ਨੂੰ ਦੱਸਾਂ ਤਦ ਉੱਲੂ ਏ ਬਜ਼ੁਰਗ ਦਰੋਗੀ ਕਬਰਾਂ ਨਹੀਂ ਤੇਰੇ ਮਾਲਕ ਨੇ ਕਿਹਾ ਸੀ ਕਿ ਡੋਲਾ ਬੰਦ ਆਵੇ ਬੰਦ ਚਲਾ ਜਾਏ ਤੇਰਾ ਇਸ 'ਚ ਕੋਈ ਦੋਸ਼ ਨਹੀਂ ਤੂੰ ਮਾਲਕ ਨੂੰ ਛੇਤੀ ਖਬਰ ਕਰ ਜੋ ਹੁਕਮ ਹੋਵੇ ਮੈਂ ਸਹਿਣ ਨੂੰ ਤਿਆਰ ਹਾਂ ਕਿਉਂਕਿ ਜੇ ਮੈਨੂੰ ਜਿੰਦ ਪਿਆਰੀ ਹੁੰਦੀ ਤਾਂ ਮੈਂ ਮੌਤ ਦੇ ਘਰਨੇ 'ਚ ਆਪ ਨਾ ਆਵੜਦੀ ਮੈਂ ਮਰਨਾ ਬਿਦਕੇ ਆਈ ਆ ਮੈਂ ਕਿਸੇ ਦੁੱਖ ਤੋਂ ਕਿਸੇ ਤਰ੍ਹਾਂ ਮੌਤ ਤੋਂ ਨਹੀਂ ਡਰਦੀ ਜੋ ਬਹਾਦਰ ਸ਼ਾਸਤਰ ਪਹਿਨਦਾ ਹੈ ਜੰਗ ਨੂੰ ਤੁਰਦਾ ਹੈ ਉਹ ਦੁੱਖਾਂ ਨੂੰ ਸੱਜੇ ਹੱਥ ਔਰ ਮੌਤ ਨੂੰ ਖੱਬੇ ਹੱਥ ਕਰ ਲੈਂਦਾ ਹੈ ਬਹਾਦਰਾਂ ਕਿਉਂਕਿ ਮੈਂ ਇੱਕ ਜਾਨ ਬਚਾਈ ਹੈ ਕਿਸੇ ਨੇ ਬੇਕਸੀ 'ਚ ਮੇਰੇ ਨਾਲ ਪਿਆਰ ਕੀਤਾ ਸੀ ਮੈਂ ਉਸ ਨਾਲ ਨੇਕੀ ਦੇ ਬਦਲੇ ਜਿੰਦ ਹੂਲ ਕੇ ਨੇਕੀ ਕੀਤੀ ਹੈ ਇਸ ਤਰ੍ਹਾਂ ਦੇ ਵਾਕ ਸੁਣ ਕੇ ਦਰੋਗਾ ਹੱਕਾ ਬੱਕਾ ਰਹਿ ਗਿਆ ਬਹੁਤ ਕੁਝ ਸੋਚਿਆ ਪਰ ਕੁਝ ਨਾ ਫੁਰਿਆ ਛੇਕੜ ਦਰਬਾਰ ਚ ਹਾਜ਼ਰ ਹੋਇਆ ਅਰ ਵਜ਼ੀਰ ਸਾਹਿਬ ਦੀ ਰਾਹੀਂ ਸਾਰਾ ਕਿਸਾ ਮੀਰ ਸਾਹਿਬ ਦੇ ਕੰਨਾਂ ਤੱਕ ਪਹੁੰਚਾਇਆ ਮੀਰ ਸਾਹਿਬ ਸੁਣਦੇ ਹੈ ਚਰਜ ਰਹਿ ਗਏ ਹੁਕਮ ਦਿੱਤਾ ਉਸਔਰਤ ਨੂੰ ਜਿਸ ਚ ਇੰਨੀ ਕੁਰਬਾਨੀਆਂ ਦਰਬਾਰ ਚ ਹਾਜ਼ਰ ਕਰੋ ਉਸੇ ਵੇਲੇ ਦਰੋਗਾ ਦੌੜਿਆ ਗਿਆ ਅਰ ਤ੍ਰਿਮਤ ਦਰਬਾਰ ਚ ਲਿਆ ਹਾਜ਼ਰ ਕੀਤੀ ਭਰੀ ਸਭਾ ਚ ਕੱਲੀ ਤ੍ਰਿਮਤ ਅਦਬ ਨਾਲ ਸਿਰ ਨੀਵਾ ਕਰ ਖੜੋ ਗਈ ਅਮੀਰ ਸਾਹਿਬ ਨੇ ਪੁੱਛਿਆ ਤੂੰ ਕੌਣ ਹੈ ਹਰੇ ਕੀ ਮਾਜਰਾ ਜੋ ਤੂੰ ਇਸ ਤਰ੍ਹਾਂ ਆਪਣੀ ਜਾਨ ਜੋਖੋਂ ਚ ਪਾਈ ਐ ਕਹਿਣ ਲੱਗੀ ਮੈਂ ਪੰਜਾਬ ਦੇਸ਼ ਦੀ ਇੱਕ ਸਿੱਖ ਦੀ ਪੁੱਤਰੀ ਆਂ ਆਪ ਦੇ ਜ਼ੁਲਮ ਨੇ ਮੈਨੂੰ ਕੈਦ ਕੀਤਾ ਔਰ ਪਸ਼ੂਆਂ ਦੀ ਤਰ੍ਹਾਂ ਬੰਦੀ ਚ ਪਾ ਕੇ ਇੱਥੇ ਪਹੁੰਚਾਇਆ ਔਰ ਡੰਗਰਾਂ ਦੀ ਤਰ੍ਹਾਂ ਮੰਡੀ ਵਕਾਇਆ ਇਸ ਕਹਿਰ ਹੇਠ ਵਿੱਕ ਕੇ ਮੈਂ ਸਖਨ ਸਾਹਿਬ ਦੇ ਘਰ ਪਹੁੰਚੀ ਜਿਹਨੂੰ ਆਪ ਨੇ ਕਤਲ ਦੀ ਸਜ਼ਾ ਦਿੱਤੀ ਸੀ ਔਰ ਉਹਦੀ ਵੋਟੀ ਫਾਤਿਮਾ ਦੀ ਟੈਲੰਟ ਬਣੀ ਭਾਵੇਂ ਉਹ ਮੇਰਾ ਮਾਲਕ ਨਹੀਂ ਮੈਂ ਉਹਦੀ ਦਾਸੀ ਨਹੀਂ ਮੈਂ ਇੱਕ ਬੇਗੁਨਾਹ ਦੁਖੀ ਆਂ ਮਜ਼ਲੂਮ ਆਂ ਫੇਰ ਵੀ ਉਹਦੀ ਵੋਟੀ ਨੇ ਦੇ ਨੇਕ ਸਲੂਕ ਦੀ ਸਹਾਨਮੰਦ ਹੋ ਕੇ ਮੈਂ ਉਹਦੇ ਘਰ ਵਾਲੇ ਦੀ ਜਾਨ ਬਚਾਉਣ ਨੂੰ ਪੂਰਨ ਸਮਝਿਆ ਔਰ ਛਡਾਣ ਦੇ ਬੰਦੋਬਸਤ ਕੀਤੇ ਪਰ ਕੁਝ ਪੇਸ਼ ਨਾ ਗਈ ਛੇਕੜਾਪੂਏ ਆਗਿਆ ਮੰਗਵਾਈ ਕਿ ਫਾਤਿਮਾ ਖਾਨ ਸਾਹਿਬ ਨੂੰ ਮਿਲ ਲਵੇ ਉਹ ਤ੍ਰਿਮਤ ਡਰਪੋਕ ਹੈ ਔਰ ਜਿੰਦ ਨੂੰ ਬਹੁਤ ਪਿਆਰ ਕਰਦੀ ਹੈ ਇਸ ਲਈ ਮੈਂ ਆਪ ਉਹਦੀ ਥਾਂ ਬੰਦੀ ਖਾਨੇ ਗਈ ਖਾਨ ਨੂੰ ਜਨਾਨਾ ਭੇਸ ਕਰਾ ਕੇ ਬਾਹਰ ਭੇਜ ਦਿੱਤਾ ਔਰ ਮਰਦਾਨਾ ਭੇਸ ਕਰ ਬੈਠੀ ਰਹੀ ਫਿਰ ਮੈਂ ਮਰਦਾਨਾ ਲਿਬਾਸ ਲਾ ਕੇ ਦੂਜਾ ਜਨਾਨਾ ਵੇਚ ਜੋ ਨਾਲ ਲਿਆਈ ਸੀ ਪਾਲਿਆ ਐ ਦਲੇਰ ਔਰਤ ਅਮੀਰ ਨੇ ਕਿਹਾ ਤੂੰ ਬੜੀ ਬਹਾਦਰ ਹੈ ਤੂੰ ਉਹ ਕੰਮ ਕੀਤਾ ਜੋ ਕਿਸੇ ਦੇ ਕਰਨੇ ਦਾ ਨਹੀਂ ਮੇਰੀ ਅਕਲ ਹੈਰਾਨ ਹੈ ਤੇਰੇ ਕਰਤਬ ਹਤੇ ਪਰ ਤੂੰ ਸਿੱਖਦੀ ਧੀ ਹੈ ਇਸ ਲਈ ਤੇਰਾ ਮਰਨਾ ਹੀ ਚੰਗਾ ਹੈ ਪਰ ਤੇਰੀ ਬਹਾਦਰੀ ਦਾ ਇਨਾਮ ਨਾ ਦੇਵਾਂ ਤਦ ਵੀ ਹੈਸ ਹੈ ਸੋ ਮੰਗ ਕੇ ਮੈਂ ਤਨਕੀ ਦੇਵਾਂ ਮੈਨੂੰ ਕਿਸੇ ਚੀਜ਼ ਦੀ ਇੱਛਾ ਨਹੀਂ ਮੈਂ ਕੁਝ ਨਹੀਂ ਮੰਗਦੀ ਹਾਂ ਕੁਝ ਪੁੱਛਿਆ ਚਾਹਨੀ ਆ ਅਮੀਰ ਕੀ ਪੁੱਛਿਆ ਚਾਹਨੀ ਹੈ ਤ੍ਰਿਮਤ ਮੈਂ ਪੁੱਛਿਆ ਚਾਹਨੀ ਆ ਕਿ ਸਿੱਖਾਂ ਤੇ ਐਡਾ ਜ਼ੁਲਮ ਕਿਉਂ ਹੁੰਦਾ ਹੈ ਕਿਆ ਸਿੱਖ ਆਦਮੀ ਨਹੀਂ ਅਮੀਰ ਸਿੱਖ ਆਦਮੀ ਤਾਂ ਹਨ ਪਰ ਲੁਟੇਰੇ ਹਨ ਮੇਰੇ ਪੰਜਾਬ ਖੋਣ ਦੇ ਰਸਤੇ ਝਟਕਦੇ ਹਨ ਵੈਸੇ ਉਹ ਕਾਫਰ ਹਨ ਇਸ ਕਰਕੇ ਮਾਰਦਾ ਤ੍ਰਿਮਤ ਸਿੱਖ ਲੁਟੇਰੇ ਨਹੀਂ ਹਨ ਲੁਟੇਰੇ ਤੇਰੇ ਹਾਕਮ ਹਨ ਜੋ ਪੰਜਾਬ ਚ ਪਰਜਾਂ ਨੂੰ ਲੁੱਟਦੇ ਹਨ ਤਾਂ ਬਿੱਲੀਆਂ ਨੂੰ ਪੇੜਿਆਂ ਦੀ ਰਾਖੀ ਤੇ ਛੱਡਿਆ ਹਾਕਮਾਂ ਨੇ ਤੇ ਚੌਧਰੀਆਂ ਨੇ ਕਈ ਤਰੀਕੇ ਰੱਖੇ ਹੋਏ ਆ ਜਿਨ੍ਹਾਂ ਨਾਲ ਉਹ ਦੇਸ਼ ਨੂੰ ਲੁੱਟਦੇ ਤੇ ਪਰਜਾ ਨੂੰ ਬੇਰਾਨਾ ਕਰਦੇ ਆ ਸਿੱਖ ਉਹਨਾਂ ਤੋਂ ਪਰਜਾ ਦੀ ਰਾਖੀ ਕਰਦੇ ਆ ਜਦ ਦੁਹਾਈ ਮੱਚਦੀ ਆ ਤਾਂ ਦੋਸ਼ ਸਿੱਖਾਂ ਦੇ ਸਿਰ ਥੱਪ ਦਿੰਦੇ ਆ ਔਰ ਬੇਗਨਾ ਨੂੰ ਫੜ ਕੇ ਮਾਰ ਦਿੰਦੇ ਆ ਫਰਿਆਦ ਕੋਈ ਨਹੀਂ ਸੁਣਦਾ ਜਿਹਨੂੰ ਕਹੋ ਉਹ ਆਪ ਹੋ ਜਾ ਉਹ ਪੱਧਰੀ ਹੁੰਦਾ ਸਭ ਤੋਂ ਵੱਡੇ ਦਿੱਲੀ ਵਾਲੇ ਆ ਉਹ ਬੁੱਢੇ ਸ਼ੇਰ ਵਾਂਗ ਹਿੱਲਣ ਜੋਗੇ ਨਹੀਂ ਪਰਜਾ ਦੀ ਦੂਜੀ ਪਹੁੰਚ ਆਪ ਦੇ ਥਾਪੇ ਹਾਕਮਾਂ ਤੱਕ ਹੁੰਦੀ ਹੈ ਉਹ ਵੀ ਉਹੋ ਜਿਹੀ ਹੈ ਤੁਸੀਂ ਜਿੰਨੀ ਵਾਰ ਪੰਜਾਬ ਹਿੰਦੁਸਤਾਨ ਚ ਗਏ ਪਰਜਾ ਨੂੰ ਲੁੱਟ ਲੁੱਟ ਕੇ ਨਾਸ ਕੀਤਾ ਪਰ ਆਪਣੇ ਆਪਣੇ ਖੀਸੇ ਭਰ ਕੇ ਕਾਬਲ ਦਾ ਰਸਤਾ ਫੜਿਆ ਸਿੱਖਾਂ ਨਾਲ ਤੁਸਾਂ ਦਾ ਵੈ ਠੀਕ ਨਹੀਂ ਜੇ ਨਿਆਂ ਨਾਲ ਦੇਖੋ ਤਾਂ ਸਿੱਖ ਜ਼ਾਲਮ ਹਾਕਮਾਂ ਨੂੰ ਸਜ਼ਾ ਦਿੰਦੇ ਆ ਜ਼ਾਲਮ ਉਹਨਾਂ ਨੂੰ ਲੁੱਟਦੇ ਆਰ ਉਹਨਾਂ ਦੀ ਮਿੱਟੀ ਪੁੱਟਦੇ ਆ ਪੰਜਾਬ ਸਾਡਾ ਘਰ ਹੈ ਦੇਸ਼ ਹੈ ਤੁਹਾਡਾ ਕੋਈ ਹੱਕ ਨਹੀਂ ਸਾਡੇ ਦੇਸ਼ ਨੂੰ ਲੁੱਟੋ ਤੇ ਉੱਤੇ ਰਾਜ ਕਰੋ ਆਪਣਾ ਘਰ ਸੰਭਾਲਣ ਵਾਸਤੇ ਸਿੱਖਾਂ ਦਾ ਤੁਸਾਂ ਨਾਲ ਲੜ ਪੈਣਾ ਕੋਈ ਅਪਰਾਧ ਨਹੀਂ ਮੈਂ ਸੱਚ ਕਹਿ ਦਿੰਦਾ ਨੇ ਡਰੋ ਕੇ ਕੀ ਹੈ ਜੋ ਮੌਤ ਤੋਂ ਨੇ ਡਰ ਰਿਹਾ ਉਹ ਕਾਹਤੋਂ ਡਰੇ ਮੈਨੂੰ ਮਾਰ ਦੇਣ ਦੀ ਤਾਕਤ ਆਪ ਨੂੰ ਹੈ ਸੋ ਮੈਂ ਆਪ ਮੌਤੇ ਦੇ ਮੂੰਹ ਪਈ ਆ ਮੇਰੀ ਇੱਕੋ ਡੰਝ ਬਾਕੀ ਸੀ ਕਿ ਆਪ ਦੇ ਕੰਨਿਏ ਸੱਚ ਦੀ ਆਵਾਜ਼ ਪਹਜਾਏ ਸੋ ਮੈਂ ਪਾ ਦਿੱਤੀ ਹੈ ਹੁਣ ਸੱਚ ਦੇ ਬਦਲੇ ਜੋ ਸਜ਼ਾ ਜੀ ਆਵੇ ਦਿਓ ਮੈਂ ਹਾਜ਼ਰ ਖੜੀ ਆ ਮੌਤ ਮੈਨੂੰ ਜਫੀ ਪਾਖੜ ਹੁੰਦੀ ਹੈ ਮੈਂ ਮੌਤ ਦੀ ਗੋਦੀ ਚ ਬੈਠੀ ਆ ਇਸ ਲਈ ਮੈਂ ਡਰਾਂ ਜਿੰਦ ਦਾ ਪਿਆਰ ਜੀਵ ਨੂੰ ਕਾਇਰ ਬਣਾਉਂਦਾ ਜਿੰਦ ਤੋਂ ਹੱਥ ਤੋੱਤੇ ਤਾਂ ਵੀਰ ਹੋ ਗਏ ਆਪ ਬੜੇ ਬਲਵਾਨ ਹੋ ਮੈਂ ਕਹਦੀ ਆ ਪਰ ਮੈਂ ਸਿੱਖ ਦੀ ਧੀ ਆ ਬਹਾਦਰਾਂ ਦੇ ਘਰ ਜੰਮੀ ਪਲੀ ਆ ਮੈਂ ਸੱਚ ਨੂੰ ਪਿਆਰ ਕਰਦੀ ਆ ਹੁਣ ਹੁਕਮ ਦਿਓ ਜੋ ਮੇਰਾ ਸਿਰ ਤਨ ਤੋਂ ਜੁਦਾ ਹੋ ਜਾਏ ਦਰਬਾਰ ਦੇ ਮੁਸਾਹਿਬ ਜੋ ਅਮੀਰ ਸਾਹਿਬ ਦੇ ਅੱਗੇ ਥਰ-ਥਰ ਕੰਬਦੇ ਹੁੰਦੇ ਸਨ ਬਿਨਾਂ ਪੁੱਛੇ ਕੋਈ ਬੋਲ ਨਹੀਂ ਸੀ ਸਕਦਾ ਉਸ ਦਲੇਰ ਕੰਨਿਆ ਦੇ ਬਚਨ ਸੁਣ ਕੇ ਹੱਕੇ ਬੱਕੇ ਰਹਿ ਗਏ ਕਿ ਕਿਸ ਬੁਲਾਇਤ ਔਰ ਕਿਸ ਜਨਸ ਵਿੱਚੋਂ ਐ ਇਸ ਤਰ੍ਹਾਂ ਨੇ ਡਰ ਹੋ ਕੇ ਅੱਡੇ ਸਖਤ ਪਾਸ਼ਾ ਦੇ ਸਾਹਮਣੇ ਬੋਲਦੀ ਐ ਮੀਰ ਸਾਹਿਬ ਨੂੰ ਕੁਝ ਗੁੱਸਾ ਉਪਜਦਾ ਸੀ ਕੁਝ ਦਇਆ ਹੁੰਦੀ ਸੀ ਤੇ ਕਿਸੇ ਵੇਲੇ ਪਿਆਰ ਵੀ ਉਪਜਦਾ ਸੀ ਢੇਰ ਚ ਰਿੰਕ ਇਦਾਂ ਅਚੰਬਤ ਰਹਿ ਕੇ ਅਮੀਰ ਨੇ ਪੁੱਛਿਆ ਐ ਦਲੇਰ ਔਰਤ ਤੂੰ ਕੈਦ ਕਿ ਕਰ ਪੈ ਗਈ ਇਹ ਸਮਝੇ ਹੌਸਲਾ ਔਰ ਕੈਦ ਤ੍ਰਿਮਤ ਅਮੀਰ ਸਾਹਿਬ ਕੀ ਦੱਸਾਂ ਆਪ ਦਾ ਇੱਕ ਫੌਜੀ ਅਫਸਰ ਘੋੜਾ ਦੌੜਾਏ ਜਾਂਦਾ ਸੀ ਇੱਕ ਠੱਠੇ ਖੂਚ ਡਿੱਗ ਪਿਆ ਮੈਂ ਉਹਨੂੰ ਡਿੱਗਦੇ ਡੇਠਾ ਪਿੰਡੋਂ ਬਾਹਰ ਸੱਦ ਕੇ ਉਹਨੂੰ ਕਢਵਾਇਆ ਅਰ 8 ਦਿਨ ਉਹਦੀ ਖਾਤਰ ਇਲਾਜ ਮਾਲਜਾ ਕੀਤਾ ਤਕੜਾ ਹੋਇਆ ਉਹ ਤੁਰ ਪਿਆ ਅਰ ਲੁਧਿਆਣੇ ਚਲਾ ਗਿਆ ਜੋ ਸਾਡੇ ਪਿੰਡੋਂ ਕੁਝ ਦੂਰ ਬਾਟ ਤੇ ਹੈ ਤੇ ਇੱਕ ਦਿਨ ਉਸ ਅਫਸਰ ਦਾ ਸੁਨੇਹਾ ਮੇਰੇ ਪਿਤਾ ਨੂੰ ਪਹੁੰਚਾ ਕਿ ਆਪ ਦੀ ਧੀ ਦੀ ਕਿਰਪਾ ਦਾ ਮੈਂ ਧੰਨਵਾਦੀ ਹਾਂ ਮੇਰੀ ਬੀਗਮ ਨੂੰ ਮਿਲਣਾ ਚਾਹੁੰਦੀ ਐ ਜੇਕਰ ਤੁਸੀਂ ਉਹਨੂੰ ਭੇਜ ਦਿਓ ਤਾਂ ਚੰਗੀ ਗੱਲ ਐ ਮੇਰੇ ਪਿਤਾ ਨੇ ਨਾਂ ਕਰ ਭੇਜੀ ਫਿਰ 10 ਦਿਨ ਮਗਰੋਂ ਆਪਣੀ ਵਾਟੀ ਸਮੇਤ ਸਾਡੇ ਪਿੰਡ ਪਹੁੰਚਿਆ ਔਰ ਵਾਟੀ ਉਹਦੀ ਮੈਨੂੰ ਮਿਲਣ ਆਈ ਮੇਰਾ ਉਹਦੇ ਉਹਦਾ ਪਿਆਰ ਪੈ ਗਿਆ ਇੱਕ ਦਿਨ ਮੈਂ ਉਹਨੂੰ ਮਿਲਣ ਉਹਦੇ ਤੰਬੂ ਗਈ ਉਸ ਵੇਲੇ ਮੈਨੂੰ ਉਹਨਾ ਕੈਦ ਕਰ ਲਿਆ ਔਰ ਮੈਨੂੰ ਲੈ ਕੇ ਨਸ ਗਏ ਉਹ ਤੀਵੀਂ ਜੋ ਉਹਦੀ ਵਾਟੀ ਸੀ ਕੋਈ ਉਪਰੀ ਤ੍ਰੀਮਤ ਸੀ ਉਹਦੀ ਵਾਟੀ ਨਹੀਂ ਸੀ ਸੋ ਤ੍ਰੀਮਤ ਅ ਖਿਸਕ ਗਈ ਤੇ ਮੈਨੂੰ ਦੁਸ਼ਟ ਨੇ ਵਿਆਹ ਵਾਸਤੇ ਕਿਆ ਤੇ ਦੂਜੇ ਦਿਨ ਤੁਸੀਂ ਆਪਣੇ ਦੇਸ਼ ਨੂੰ ਕੂਚ ਕੀਤੀ ਤੇ ਉਸ ਦੁਸ਼ਟ ਨੂੰ ਡੇਰਿਓਂ ਅੱਗੇ ਤੋਰ ਦਿੱਤਾ ਇਸੇ ਹਫਲਾ ਤਫਲੀਜ ਮੈਂ ਪਿੱਛੇ ਰਹਿ ਗਈ ਮੈਨੂੰ ਆਪਦੇ ਸਪਾਈਆਂ ਨੇ ਬੱਧੀ ਹੋਈ ਦੇਖ ਕੇ ਕੈਦੀਆਂ ਚ ਰਲਾ ਦਿੱਤਾ ਜੋ ਆਪਨੇ ਸਾਡੇ ਦੇਸ਼ ਵਿੱਚੋਂ ਮਰਦ ਤਰੀਮ ਤਾਂ ਫੜੇ ਹੋਏ ਸੀ ਇਸ ਪਾਪ ਕਰਕੇ ਕਿ ਆਪ ਦਾ ਜੀ ਕਰ ਆਇਆ ਸੀ ਕਿ ਕੁਝ ਗੁਲਾਮ ਫੜ ਲੈ ਚੱਲੀਏ ਤੇ ਮੈਂ ਵੀ ਹੋਰ ਨਾ ਵਾਂਗ ਇੱਥੇ ਵਿੱਕ ਗਈ ਉਸ ਦੁਸ਼ਟ ਦਾ ਫੇਰ ਪਤਾ ਨਹੀਂ ਲੱਗਾ ਕਿੱਧਰ ਗਿਆ ਤੇ ਅੱਜ ਆਪਦੇ ਦਰਬਾਰ ਚ ਉਹਦੀ ਸੂਰਤ ਫੇਰ ਨਜ਼ਰੀ ਪਈ ਐ ਕਿਹੜਾ ਹੈ ਤ੍ਰਿਮਤ ਉਂਗਲ ਕਰਕੇ ਉਹ ਅਮੀਰ ਉਸਵਲ ਮੂੰਹ ਕਰਕੇ ਫਟਕਾਰੈ ਤੈਨੂੰ ਐ ਮਲੂਨ ਫਟਕਾਰੇ ਹੋਏ ਮਿਹਰਬਾਨੀ ਦਾ ਇਹ ਬਦਲਾ ਸੀ ਲਾਹਨ ਤੇ ਖੁਦਾ ਵਰਤੋਂ ਔਰ ਔਰ ਵੀ ਗਾਲਾਂ ਦਿੱਤੀਆਂ ਔਰ ਦਰੋਗੇ ਵੱਲ ਮੂੰਹ ਕਰਕੇ ਕਿਹਾ ਕਿ ਇਸ ਲੜਕੀ ਦੀ ਜਾਨ ਬਖਸ਼ ਬਖਸ਼ੀ ਕੀਤੀ ਤੇ ਉਹਦੀ ਥਾਂ ਇਹਨੂੰ ਗੋਲੀ ਨਾਲ ਉਡਾ ਦਿਆ ਤ੍ਰਿਮਤ ਅਮੀਰ ਸਾਹਿਬ ਇਨਾਂ ਦੀ ਜਾਨ ਬਖਸ਼ੀ ਕਰੋ ਇਹਨਾਂ ਦੇ ਮਾਰੇ ਜਾਣ ਨਾਲ ਮੇਰੇ ਦੁਖੜੇ ਮੁੜੇ ਨਹੀਂ ਜਾ ਸਕਦੇ ਖਾਨ ਸਾਹਿਬ ਦੀ ਥਾਂ ਮੈਨੂੰ ਮਾਰੋ ਕਿਉਂਕਿ ਹੁਣ ਦੁਖੜੇ ਸਹਿਣ ਦੀ ਤਾਕਤ ਮੇਰੇ ਵਿੱਚ ਨਹੀਂ ਮੈਨੂੰ ਮਾਰ ਦੇਣਾ ਵੀ ਐਸੇ ਵੇਲੇ ਫੋਨ ਹੈ ਕਿਉਂਕਿ ਮਰਨ ਨਾਲ ਮੇਰੇ ਦੁੱਖ ਮੁੱਕ ਜਾਣਗੇ ਇਹ ਵਚਨ ਕੁਝ ਐਸੇ ਅਸਰ ਵਾਲੇ ਪਏ ਕਿ امیر ਦਾ ਦਿਲ ਭਰ ਆਇਆ ਬੋਲਿਆ हे ਤ੍ਰਿਮਤ ਤੂੰ ਮੰਗ ਜੋ ਕੁਝ ਤੇਰਾ ਜੀ ਚਾਹੇ ਮੈਨੂੰ ਤੇਰੇ ਤੇ ਤਰਸ ਆ ਗਿਆ ਕ੍ਰਿਮਤ ਮੇਰੀ ਫਾਤਿਮਾ ਦੇ ਸੁਆਮੀ ਖਾਨ ਸਾਹਿਬ ਦੀ ਜਾਨ ਬਖਸ਼ੀ ਕਰੋ ਔਰ ਕੈਦਖਾਨੇ ਦੇ ਦਰੋਗੇ ਨੂੰ ਕੋਈ ਸਜ਼ਾ ਨਾ ਦਿਓ ਬਸ ਹੋਰ ਮੈਨੂੰ ਕੋਈ ਲੋੜ ਨਹੀਂ ਜੇਕਰ ਆਪ ਬਹੁਤ ਦਿਆਲ ਹੋਏ ਹੋ ਤਾਂ ਮੈਨੂੰ ਮੇਰੇ ਘਰ ਪਹੁੰਚਾ ਦਿਓ ਅਮੀਰ ਐ ਸ਼ੇਰ ਦਿਲ ਕੰਨਿਆ ਤੇਰੇ ਗੁਣ ਵੇਖ ਕੇ ਮੇਰੀ ਅਕਲ ਦੰਗ ਹੋ ਗਈ ਹੈ ਤੇਰੇ ਪਹਿਲੇ ਦੋਵੇਂ ਮਨੋਰਥ ਮਨਜ਼ੂਰ ਹਨ ਪਰ ਤੇਰਾ ਛੇਕੜਲਾ ਮਨੋਰਥ ਕਬੂਲ ਨਹੀਂ ਕਿਉਂਕਿ ਤੇਰੇ ਜਹੀ ਜਾਨ ਅਸਾਰ ਕੁੜੀ ਮਿਲਨੀ ਕਠਿ ਹੈ ਨਾ ਮੈਂ ਤੈਨੂੰ ਤੇਰੇ ਕਸ਼ਟਾਂ ਦੇ ਬਦਲੇ ਹੁਣ ਸੁੱਖਾਂ ਦੇ ਭੰਡਾਰ ਖੋਲ ਦੇਣਾ ਤੂੰ ਮੇਰੀ ਬੇਗਮ ਹੋ ਕੇ ਸੰਸਾਰ ਪਰ ਬਿਰਾਜ ਔਰ ਆਪਣੇ ਜੀਵਨ ਦੀ ਮੋਜ ਲੈ ਇਹ ਕਹਿੰਦੇ ਹੀ ਸਹਨਤ ਕੀਤੀ ਛੱਟ ਸਿਪਾਹੀ ਦਰਬਾਰੋਂ ਬਾਹਰ ਲੈ ਗਏ ਹਰਮ ਸਾਰਾ ਜਨਾਨੇ ਮਹਿਲ ਚ ਜਾ ਪਹੁੰਚਾਇਆ ਅੱਗੇ ਗੋਲੀਆਂ ਹਾਜ਼ਰ ਹੋ ਗਈਆਂ ਇੱਕ ਉੱਤਮ ਮਕਾਨ ਚ ਵਾਸਾ ਮਿਲਿਆ ਧਨ ਪਦਾਰਤ ਗਹਿਣੇ ਕੱਪੜੇ ਸਭ ਅੱਗੇ ਧਰੇ ਗਏ ਤੇ ਸਤਵੰਤ ਕੌਰ ਜੋ 5 ਰੁਪਏ ਦੀ ਦਾਸੀ ਬਣ ਕੇ ਬੱਕਰੀ ਵਾਂਗ ਵੇਚੀ ਸੀ ਅੱਜ ਮਹਿਲਾਂ ਚ ਪਹੁੰਚੀ ਐ ਕਾਂਢ ਪੰਜਵਾਂ ਸਤਵੰਤ ਕੌਰ ਮਹਿਲੀ ਪਹੁੰਚ ਗਈ ਪਰ ਉੱਥੇ ਕੀ ਕੀਤਾ ਸ ਰੋਈ ਪਿੱਟੀ ਉਦਾਸ ਹੋਈ ਹਾਂ ਪਹਿਲਾਂ ਤਾਂ ਕੁਝ ਦਿਲਗੀਰ ਹੋਈ ਪਰ ਫਿਰ ਉਹਦਾ ਚਿਹਰਾ ਟੈਕ ਆਇਆ ਜਿਕਰ ਬਦਲੀ ਸੂਰਜ ਅੱਗੋਂ ਹਟ ਜਾਏ ਤਾਂ ਧੁੱਪ ਚਮਕ ਉੱਠਦੀ ਐ ਪੱਕੇ ਦਿਲ ਤੇ ਬੇਪਰਵਾਹੀ ਦੀ ਸੁਰ ਨਾਲ ਮਹਿਲਾਂ ਚ ਜਾ ਬੈਠੇ ਕੱਪੜੇ ਬਦਲ ਲੈ ਸੂਰਤ ਵਟਾ ਲਈ ਗੋਲੀਆਂ ਬੰਦੀਆਂ ਨੂੰ ਹੁਕਮ ਹੇਠ ਕਰ ਲਿਆ ਸਾਰੇ ਮਹਿਲ ਦੇ ਕਮਰੇ ਫਿਰ ਫਿਰ ਕੇ ਝਟਪਟ ਦੇਖ ਲੈ ਕੋਈ ਜਾਣੇ ਜੋ ਸਦਾ ਦੀ ਇੱਥੇ ਰਹਿੰਦੀ ਸੀ ਟਹਿਲ ਵਾਲੀਆਂ ਨੂੰ ਅੱਡ ਅੱਡ ਕਮੀ ਲਾ ਦਿੱਤਾ ਤੇ ਆਪ ਇਕੱਲੀ ਹੋ ਕੇ ਕੁਝ ਸਟਰਜ ਕੰਮ ਕਰਦੀ ਰਹੀ ਜਦ ਰਾਤ ਹੋਈ ਅਮੀਰ ਸਾਹਿਬ ਮਹਿਲ ਈ ਆਏ ਆ ਕੇ ਬੈਠ ਗਏ ਸਤਵੰਤ ਕੌਰ ਨੂੰ ਵੇਖ ਕੇ ਪ੍ਰਸੰਨ ਹੋਏ ਸਿਆਣੀ ਮਾਲਣ ਵੀ ਫੁੱਲਾਂ ਦੀ ਟੋਕਰੀ ਲੈ ਈ ਉਧਰ ਨਿਕਾ ਪੜਨ ਵਾਸਤੇ ਕਾਜ਼ੀ ਆ ਗਿਆ ਕਿ ਅਚਾਨਕ ਸਾਰਾ ਕਮਰਾ ਤੂਹੇ ਨਾਲ ਪਰ ਗਿਆ ਅਮੀਰ ਸਾਹਿਬ ਵੀ ਘਬਰਾ ਗਏ ਔਰ ਸਤਵੰਤ ਕੌਰ ਵੀ ਘਬਰੀ ਕਾਬਰੀ ਵੀ ਐਸੀ ਕਿ ਕਦੀ ਕਿਧਰੇ ਔਰ ਕਦੀ ਕਿਧਰੇ ਦੇਖਦੀ ਫਿਰੇ। ਛੇਕੜ ਇੱਕ ਕਮਰੇ ਦਾ ਬੂਹਾ ਖੁੱਲਿਆ। ਤਦ ਤਾ ਉਹ ਧੋਏ ਦਾ ਬੱਦਲ ਹੀ ਉਧਰੋਂ ਆਵੜਿਆ ਔਰ ਦੂਜੇ ਪਲ ਚ ਪਵਾਕੇ ਮਾਰਦੀ ਅੱਗ ਫੈਲੀ। ਇਸ ਵੇਲੇ ਐਸੀ ਹਫਲਾ ਤਫਲੀ ਮਚੀ ਔਰ ਹਲਚਲ ਪਈ। ਕਿਸੇ ਨੂੰ ਕੁਝ ਨਾ ਸੁਝਾ। ਆਪਣੀ ਜਿੰਦ ਬਦਲੇ ਸਭ ਉੱਠ ਨਸੇ। ਗੋਲੀਆਂ ਕਿਤੇ ਬਾਂਧੀਆਂ ਕਿਤੇ ਅਮੀਰ ਸਾਹਿਬ ਕਿਤੇ ਸਤਵੰਤ ਕਰਕੇ ਦੀ। ਇਸ ਪਰਥੂ ਤੱਤੇ ਨੇ ਸਾਰੇ ਮਹਿਲ ਦੇ ਪਹਿਰੇਦਾਰਾਂ ਤੇ ਫੌਜੀਾਂ ਚ ਹਫਲਾ ਤਫਲੀ ਕਰ ਦਿੱਤੇ। ਸਭ ਉਧਰ ਨੂੰ ਦੌੜੇ ਕਿਉਂਕਿ ਅਮੀਰ ਸਾਹ ਦੇ ਉਧਰ ਹੋਣ ਦਾ ਪਤਾ ਸਭ ਨੂੰ ਸੀ ਸਤਵੰਤ ਕੌਰ ਇਹ ਸਫਲਾਤਫਲੀ ਚ ਦਾ ਬਚਾਂਦੀ ਕਿਤੇ ਚੁੱਪ ਕੇ ਤੇ ਰੌਲਾ ਮਚਾਉਂਦੀ ਪਾਤਸ਼ਾਹੀ ਮਹਿਲ ਚੋਂ ਨਿਕਲ ਗਈ ਬਹੁਤ ਛੇਰ ਬਾਅਦ ਅੱਗ ਬੁਜੀ ਸਾਰੇ ਟਿਕਾਣੇ ਸਿਰ ਦੂਜੇ ਪਾਸੇ ਜਾਟ ਕੇ ਅਮੀਰ ਨੇ ਕੁੜੀ ਬਾਬਤ ਪੁੱਛਿਆ ਪਰ ਕੋਈ ਉੱਤਰ ਨਾ ਦੇ ਸਕਿਆ ਕਹਿਰਵਾਨ ਹੋ ਕੇ ਅਮੀਰ ਨੇ ਤਲਾਸ਼ ਕਰਨ ਦਾ ਹੁਕਮ ਦਿੱਤਾ ਸਭ ਮਕਾਨ ਕਮਰੇ ਦੇਖੇ ਗਏ ਪਤਾ ਨਾ ਲੱਗਾ ਆਸ-ਪਾਸ ਢੁੰਡਿਆ ਗਿਆ ਥੋ ਨਾ ਲੱਗੀ ਹੁਣ ਸੜੇ ਮਕਾਨ ਦੀ ਤਲਾਸ਼ ਸ਼ੁਰੂ ਹੋਈ ਸਵਾ ਪੱਟੀ ਗਈ ਨਾ ਸਤਵੰਤ ਕੌਰ ਨਾ ਉਹਦੀ ਹੱਡੀ ਲੱਭੀ ਅਮੀਰ ਸਾਹਿਬ ਬੜੇ ਘਬਰੇ ਸਾਰੇ ਨੌਕਰ ਚਕਰਾਏ ਕਿਸੇ ਦੀ ਅਕਲ ਕੰਮ ਨਾ ਕਰੇ ਕਿ ਕੀ ਹੋ ਗਿਆ ਔਰ ਕੀ ਨਹੀਂ ਹੋਇਆ ਸਾਰੇ ਸੋਚਣ ਪਰ ਸਿਰ ਧੁੰਨ ਧੁੰਨ ਕੇ ਰਹਿ ਜਾਣ ਛੇਕੜ ਸਿਆਣਿਆਂ ਨੇ ਸੋਚਿਆ ਕਿ ਮਤਾ ਕਿਤੇ ਬਾਹਰ ਨਿਕਲ ਗਈ ਹੋਵੇ ਇਸ ਲਈ ਚਾਰ ਚੁਫੇਰੇ ਸਵਾਰ ਦੌੜਾਏ ਕੁਝ ਸਵਾਰ ਹਵਾ ਵਾਂਗ ਉੱਡੇ ਗਏ ਦੂਰ ਦੂਰ ਤੱਕ ਪਾਲ ਕਰਦੇ ਫਿਰੇ ਪਰ ਇੱਕ ਜਣੇ ਨੂੰ ਨੇੜੇ ਵਾਰੀ ਸਤਵੰਤ ਕੌਰ ਦਾ ਰਿਸ਼ਮੀ ਦੁਪੱਟਾ ਸੜਿਆ ਲੱਭਾ ਇੱਕ ਗਹਿਣਾ ਵੀ ਧੁਆਂਖਿਆ ਹੋਇਆ ਹੱਥ ਆਇਆ ਤੇ ਜਾਦੀ ਚੀਜ਼ਾਂ Amir ਪਾਸ ਕੋ ਚਾਈਆਂ ਗਈਆਂ ਪਛਾਣੀਆਂ ਗਈਆਂ ਸਭ ਨੇ ਇਹੀ ਸਿੱਟਾ ਕੱਢਿਆ ਕਿ ਉਹਦੇ ਕੱਪੜਿਆਂ ਨੂੰ ਅੱਗ ਲੱਗੀ ਹਰ ਕਬਰਾਂ ਚ ਦੌੜੀ ਫਿਰੀ ਐ ਤੇ ਸੜ ਕੇ ਕਿਸੇ ਟੋਏ ਖਡੋਲੇ ਚ ਟਿਕ ਪਈ ਐ ਇਸ ਲਈ ਪੋਰ ਮਿਹਨਤ ਨਾਲ ਤਲਾਸ਼ ਆਰੰਭ ਹੋਈ ਇਧਰ ਦਾ ਹਾਲ ਸੁਣੋ ਸਤਵੰਤ ਕੌਰ ਮੈਲੋ ਨਿਕਲਦੀ ਇਕ ਉਜਾੜ ਬੀਆ ਬਾਂਚ ਪਹੁੰਚੀ ਉੱਥੇ ਬੈਠੀ ਮੰਨ ਨਾਲ ਗਿਣਤੀਆਂ ਗਿਣ ਰਹੀ ਐ ਮੈਂ ਕੀ ਕੀਤਾ ਚੰਗਾਈ ਕੀਤਾ ਦੁਸ਼ਤ ਦੇ ਪੰਜੇਉਂ ਨਿਕਲ ਆਈ ਮੈਂ ਅੰਜਾਨੀ ਕੁੜੀ ਸਾ ਮੈਂ ਐਸੀ ਹਕਲਾਂ ਕਿੱਥੋਂ ਸਿੱਖ ਗਈ ਲੋੜਾਂ ਨੇ ਸਭ ਕੁਝ ਸਿਖਾ ਦਿੱਤਾ ਔਕੜਾਂ ਨੇ ਮੈਨੂੰ ਛਲਿਆ ਤੇ ਚਲਾਕ ਬਣਾ ਦਿੱਤਾ ਪਰ ਹੁਣ ਸੋਚਣ ਵਾਲੀ ਗੱਲ ਇਹ ਐ ਕਿ ਮੈਂ ਪਾਪ ਤਾਂ ਨਹੀਂ ਕਰ ਬੈਠੀ ਪਹਿਲੇ ਮੈਂ ਆਪਣੀ ਪਿਆਰੀ ਤੇ ਮਾਲਕ ਦੀ ਜਿੰਦ ਬਚਾਈ ਮੈਂ ਕੋਈ ਪਾਪ ਨਹੀਂ ਕੀਤਾ ਜਿਹਦਾ ਲੋਨ ਖਾਦਾ ਉਹਦਾ ਭਲਾ ਕਰਨਾ ਚਾਹੀਦਾ ਪਿਤਾ ਜੀ ਕਿਹਾ ਕਰਦੇ ਸੀ ਵੀ ਸਿੱਖਾਂ ਦਾ ਧਰਮ ਇਹ ਆ ਵੀ ਕਿਰਤ ਕਰਕੇ ਕਮਾ ਕੇ ਖਾਣ ਜੇ ਨੌਕਰੀ ਕਰਨ ਤਾਂ ਮਾਲਕ ਦੇ ਪਾਣੀ ਦੀ ਥਾਂ ਲਹੂ ਡੋਲਣ ਸੋ ਮੈਂ ਤਾਂ ਭਾਵੇਂ ਨੌਕਰੀ ਵੀ ਨਹੀਂ ਮੈਂ ਨੌਕਰ ਵੀ ਨਹੀਂ ਸੀ ਤਾਂ ਵੀ ਅੰਗ ਪਾ ਲਿਆ ਦੂਜਾ ਕੰਮ ਅਜ ਮਹਿਲ ਨੂੰ ਮੈਂ ਅੱਗ ਲਾਈ ਅੱਗ ਲਾਉਣ ਚ ਕਿਸੇ ਦੀ ਜਿੰਦ ਨੂੰ ਦੁੱਖ ਨਹੀਂ ਦਿੱਤਾ ਮੈਂ ਮਹਿਲ ਦੇ ਸੜਨ ਵਾਲੇ ਕਮਰੇ ਇਸ ਤਰ੍ਹਾਂ ਖਾਲੀ ਕਰਾ ਦਿੱਤੇ ਕਿ ਵੀ ਕਿਸੇ ਦੀ ਜਾਨ ਨੂੰ ਔਖ ਨਾ ਪਹੁੰਚੇ ਮਕਾਨ ਸੜਿਆ ਪਰ ਇਹ ਪਾਪ ਨਹੀਂ ਮੈਂ ਆਪਣਾ ਜੱਤ ਸਤ ਬਚਾ ਲਿਆ ਮੇਰੇ ਚੰਨੀ ਹਿੰਮਤ ਕਿੱਥੇ ਸੀ ਐਨੀ ਅਕਲ ਕਿੱਥੇ ਸੀ ਇਹ ਤਾਂ ਅਕਾਲਪੁਰ ਦੀ ਕਿਰਪਾ ਹੈ ਹੁਣ ਸੋਚਣ ਦੀ ਗੱਲ ਹੈ ਕਿ ਮੈਂ ਕੀ ਕਰਾਂ ਇਸ ਵੇਲੇ ਮੈਂ ਸੁਤੰਤਰ ਮੈਂ ਪੰਜਾਬ ਚ ਕੀ ਕਰ ਜਾਵਾਂ ਕੀ ਕਰ ਬਲਿਖਾਂ ਨੂੰ ਚੀਰਾਂ ਕਿੱਥੇ ਕਾਬਲ ਕਿੱਥੇ ਪੰਜਾ ਐਡਾ ਪੈਂਡਾ ਕੌਣ ਮੁਕਾਵੇ ਫੇਰ ਰਸਤਾ ਬੜਾ ਔਖਾ ਖੂੰਖਾਰ ਲੋਕ ਰਸਤੇ ਚ ਚੋਰ ਧੜਵੀ ਦਾ ਡਰ ਇਕੱਲੇ ਦਾ ਕੰਮ ਨਹੀਂ ਕਿ ਪੈਂਡਾ ਮੁਕਾ ਲੈ ਮੈਂ ਕੀ ਕਰਾਂ ਫਾਤਿਮਾ ਦੇ ਘਰ ਗਈ ਤਾਂ ਦੋਨਾਂ ਨੇ ਢੋਈ ਨਹੀਂ ਦੇਣੀ ਕਹਿਣਗੇ ਇਹ ਪਾਤਸ਼ਾਹ ਦੀ ਗੁਨਾਹਗਾਰ ਮਤਾ ਮੈਨੂੰ ਫੜਾ ਦੇ ਹੋਰ ਕੋਈ ਵਾਕਫ ਨਹੀਂ ਜਾਣੂ ਨਹੀਂ ਕਿਸ پاس ਫਰਿਆਦ ਕਰਾਂ ਕਿਹਦਾ ਆਸਰਾ ਲਵਾਂ ਏ ਅਕਾਲਪੁਰਖ ਮੈਂ ਕਿੱਥੇ ਫਸ ਗਈ ਤੂੰ ਬੜਾ ਦਿਆਲੂ ਐ ਕੋਈ ਮੇਰਾ ਉਪਰਾਲਾ ਕਰ ਜੋ ਇਸ ਔਕੜ ਤੋਂ ਨਿਕਲਾਂ ਜਾਂ ਮੇਰਾ ਸਰੀਰ ਹੀ ਚਲਾ ਜਾਏ ਜੋ ਦੁੱਖੜਿਆਂ ਤੋਂ ਛੁੱਟਾਂ ਸਤਵੰਤ ਕਰ ਇਸ ਤਰ੍ਹਾਂ ਸੋਚਾਂ 'ਚ ਡੁੱਬੀ ਹੋਈ ਢੇਰ ਸਾਰਾ ਚਿਰ ਪਈ ਰਹੀ ਪਰ ਕੋਈ ਗੱਲ ਨਾ ਹੋੜੀ ਛੇਕੜ ਵਿਚਾਰੀ ਨੂੰ ਇੱਕ ਰਸਤਾ ਨਜ਼ਰ ਆਇਆ फातिमा ਦੇ ਘਰ ਜਾ ਕੇ ਯਤਨ ਕਰਾਂ ਜੋ ਖਬਰੀ ਤਰਸ ਖਾ ਕੇ ਉਹ ਕੁਝ ਸਹਾਇਤਾ ਕਰੇ ਇਸ ਗੱਲ ਪਰ ਉਹਨੂੰ ਪੱਕਾ ਨਿਸ਼ਚਾ ਸੀ ਕਿ ਖਾਨ ਸਾਹਿਬ ਸ਼ਾਇਦ ਮੇਰੀ ਮਦਦ ਨਹੀਂ ਕਰਨਗੇ ਕਿਉਂਕਿ ਪਾਸ਼ਾ ਤੋਂ ਡਰਨਗੇ ਪਰ ਫਾਤਿਮਾ ਪਰ ਕੁਝ ਭਰੋਸਾ ਪੈਂਦਾ ਸੀ ਇਸ ਲਈ ਹੁਣ ਸੋਚਾਂ ਸੋਚਣ ਲੱਗੀ ਵੀ ਐਸੇ ਢੰਗ ਨਾਲ ਘਰ ਪਹੁੰਚਾ ਜੋ ਬਿਨਾਂ ਫਾਤਿਮਾ ਦੇ ਕਿਸੇ ਨੂੰ ਪਤਾ ਨਾ ਲੱਗੇ ਸੋ ਵਿਚਾਰੀ ਢੰਗ ਸੋਚਦੀ ਉਹਦੇ ਘਰ ਨੂੰ ਗਈ ਅੱਗੇ ਬੂਹੇ ਬੰਦ ਇਹ ਵਿਚਾਰੀ ਇੱਕ ਵਦਾ ਦੇ ਹੇਠ ਵਾਰ ਮੂੰਹ ਸਿਰ ਲਪੇਟ ਕੇ ਗੁੱਛਾ ਹੋ ਕੇ ਪੈ ਰਹੀ ਇਹਉਂ ਜਾਪਦਾ ਸੀ ਕੋਈ ਪੱਥਰ ਪਿਆ ਹੈ। ਕੋਈ ਤਰ੍ਹਾਂ ਘੜੀਆਂ ਮਗਰੋਂ ਘੋੜਿਆਂ ਦੀਆਂ ਟਾਪਾਂ ਦੀ ਆਵਾਜ਼ ਆਈ ਦੂਰੋਂ ਚਾਨਣਾ ਦੇ ਸਤਵੰਤਕੌਰ ਦਾ ਕਲੇਜਾ ਮੁੱਠ ਚ ਆ ਗਿਆ। ਸਮਝ ਗਈ ਕਿ ਮੇਰੀ ਪਾਲਤ ਕੋਈ ਆਇਆ ਹੈ। ਇਹ ਸੋਚ ਕੇ ਉੱਥੋਂ ਉੱਠੀ ਔਰ ਸਾਹਮਣੇ ਜਾ ਕੇ ਲੋਤੀ। ਇੱਕ ਘਰ ਬੜਾ ਪੁਰਾਣਾ ਜਿਹਾ ਸੀ ਅਰੇ ਦਾ ਇੱਕ ਬੁਖਾਰਚੇ ਦੀ وجہ ਦਾ ਵਧਿਆ ਹੋਇਆ ਹਿੱਸਾ ਸਖਣਾ ਤੇ ਉਹਦੇ ਤੇ ਓਲੇਵਾਰ ਸੀ ਪਰ ਇਸਪੁਰ ਚੜ੍ਹਨਾ ਕਠਨ ਸੀ ਸਤਵੰਤਕੌਰ ਦੇਖਦੀ ਸੀ। ਇਹ ਥਾਂ ਤਾਂ ਬਚਾਉਦੀ ਹੈ ਪਰ ਚੜ੍ਹਨੇ ਦਾ ਟੱਬ ਨਾ ਲੱਭੇ ਜਿੰਦ ਬੜੀ ਪਿਆਰੀ ਚੀਜ਼ ਆਪਨਾ ਬਚਾਉ ਆਪ ਕੱਢ ਲੈਂਦੀ ਹੈ ਆਪਣੇ ਉੱਪਰਲੇ ਤਿੰਨ ਕੱਪੜੇ ਇੱਕ ਦੂਜੇ ਨੂੰ ਬੰਨ੍ਹ ਕੇ ਇੱਕ ਸਿਰੇ ਤੇ ਇੱਟ ਜਾਂ ਰੋੜਾ ਬੰਨਿਆ ਔਰ ਉਸ ਵਿਧਾ ਦੇ ਥੰਮੇ ਦੇ ਦਿਵਾਲੇ ਇੱਕਰ ਸਿੱਟਿਆ ਕਿ ਦੂਜਾ ਸਿਰ ਆਪਣੇ ਹੱਥ ਆ ਗਿਆ ਉਹਨੂੰ ਕਾਬੂ ਕਰਕੇ ਪੈਰ ਕੰਧ ਨੂੰ ਦੇ ਕੇ ਚੜ੍ਹ ਗਈ ਔਰ ਉੱਤੇ ਲੁੱਕ ਕੇ ਬੈਠੀ ਹੁਣ ਸਤਵੰਤ ਕੌਰ ਹੀਟਲਾ ਹਾਲ ਦੇਖਦੀ ਸੀ ਪਰ ਉਹਨੂੰ ਕੋਈ ਨਹੀਂ ਸੀ ਦੇਖਦਾ ਪਲੋ ਪਲਿਓ ਕੀ ਦੇਖਦੀ ਹੈ ਕਿ ਕੁਝ ਅਸਵਾਰ ਮਸ਼ਾਲਾਂ ਲਈ ਆ ਖੜੀ ਉਹਨਾਂ ਨੇ ਖਾਨ ਸਾਹਿਬ ਦਾ ਬੂਹਾ ਖੋਲ ਕੇ ਪੁੱਛਿਆ ਕਿ ਸਿੱਖ ਲੜਕੀ ਇੱਧਰ ਤਾਂ ਨਹੀਂ ਆਈ ਉਹਨਾਂ ਨੇ ਸਾਰੇ ਘਰ ਦੀ ਤਲਾਸ਼ੀ ਵੀ ਲਈ ਪੱਤਾ ਪੱਤਾ ਢੂੰਡਿਆ ਹਰ ਨੁੱਕਰ ਹਰ ਥਾਂ ਦੇਖਿਆ ਪਰ ਸਿੱਖ ਕੰਨਿਆ ਦਾ ਮੁਸ਼ਕ ਵੀ ਨਾ ਪਾਇਆ ਅੱਕ ਕੇ ਹਾਰ ਕੇ ਤੁਰ ਗਏ ਸਤਵੰਤ ਕੌਰ ਸਾਹਿਬ ਵਟ ਕੇ ਦੇਖਦੀ ਰਹੀ ਦਿਲ ਧੜਕਦਾ ਸਹਿਮ ਚਿੰਤਾ ਨੇ ਡੇਰੀ ਲਾ ਰੱਖੇ ਹਨ ਨਿਰਾਸ਼ਾ ਤੇ ਆਸਾ ਦਾ ਘੋਲ ਹੋ ਰਿਹਾ ਧੰਨਵਾਦ